ਟੈਕਸਚਰ ਤਿਆਰ ਹੋ ਗਿਆ ਨਾ ਏਸੇ ਦੀ ਆਪਾਂ ਇਦਾਂ ਹੀ ਸ਼ੇਪਸ ਬਣਾ ਕੇ ਰੱਖ ਦਾਂਗੇ ਬਸ ਤਾਂ ਕਰਕੇ ਇਹਦੇ ਵਿੱਚ ਪਾਣੀ ਹੈ ਜਿਹੜਾ ਘੱਟ ਯੂਜ਼ ਕੀਤਾ ਸੀ ਮੈਂ ਇਹਦੇ 'ਚ ਹੋਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਦੇਖੋ ਕਿੰਨੀ ਸੋਹਣੀ ਸ਼ੇਪ ਆਈ ਹੈ ਸੇਮ ਇੱਦਾਂ ਹੀ ਆਪਾਂ ਸਾਰੀਆਂ ਜਿੰਨੀਆਂ ਸ਼ੇਪਸ ਨੇ ਇੱਦਾਂ ਹੀ ਬਣਾ ਕੇ ਰੱਖ ਦੇਵਾਂਗੀ ਜਦੋਂ ਵੀ ਤੁਸੀਂ ਪਿਓਰ ਸੀਮੈਂਟ ਦੀ ਵੀਡੀਓ ਬਣਾਉਂਦੇ ਹੋ ਜੇਕਰ ਤੁਹਾਡੇ ਕੋਲ ਐਕਸਟਰਾ ਪਿਓਰ ਸੀਮੈਂਟ ਹੈ ਫਿਰ ਤਾਂ ਤੁਸੀਂ ਉਹਨੂੰ ਐਡ ਕਰ ਸਕਦੇ ਹੋ ਜੇਕਰ ਐਕਸਟਰਾ ਪਿਓਰ ਸੀਮੈਂਟ ਨਹੀਂ ਤਾਂ ਤੁਸੀਂ ਘੱਟ ਪਾਣੀ ਯੂਜ਼ ਕਰਕੇ ਆਪਣਾ ਜਿਹੜੀ ਹੈ ਵੀਡੀਓ ਬਣਾ ਲਓ ਕਿਉਂਕਿ ਫਿਰ ਜਿਹੜਾ ਉਹ ਟੈਕਸਚਰ ਤਿਆਰ ਹੋ ਜਾਏਗਾ ਦੇਖੋ ਇਹ 'ਚ ਘੱਟ ਪਾਣੀ ਹੈ ਇਹਦੇ 'ਚ ਆਰਾਮ ਨਾਲ ਆਪਣਾ ਜਿਹੜੀਆਂ ਸ਼ੇਪਸ ਨੇ ਤਿਆਰ ਹੋ ਜਾਣੀਆਂ ਨੇਗੀਆਂ ਦੇਖੋ ਕਿੰਨੀ ਸੋਹਣੀ ਬਣੀਆਂ ਨੇ ਸੌਫਟ ਵੀ ਬਣੇਗੀ ਇਹ ਹੁਣ ਇਹਦੇ ਨਾਲ ਜਿੰਨੀਆਂ ਮਰਜ਼ੀ ਤੁਸੀਂ ਆਪਣੀਆਂ ਸ਼ੇਪਸ ਨੇ ਜਿਹੜੀਆਂ ਰੈਡੀ ਕਰ ਸਕਦੇ ਹੋਗੇ ਆਪਣਾ ਟੈਕਸਚਰ ਤਿਆਰ ਹੈ ਇਹਦੇ 'ਚ ਐਕਸਟਰਾ ਪਾਣੀ ਨਹੀਂ ਪਾਉਣਾ ਪੈਣਾ ਐਕਸਟਰਾ ਵਰਕ ਨਹੀਂ ਕਰਨਾ ਪੈਣਾ ਤੁਹਾਨੂੰ ਨਹੀਂ ਆਪਾਂ ਨੂੰ ਡਿਫਰੈਂਟਲੀ ਪਹਿਲਾਂ ਆਪਾਂ ਪਾਣੀ ਮਿਕਸ ਕਰਾਂਗੇ ਪੇਸਟ ਤਿਆਰ ਕਰਾਂਗੇ ਫਿਰ ਸ਼ੇਪ ਬਣਾਵਾਂਗੇ ਹੁਣ ਇਹ ਸਾਰਾ ਰੈਡੀ ਆ ਦੇਖੋ ਇਹਦੀਆਂ ਜਿੰਨੀਆਂ ਮਰਜ਼ੀ ਸ਼ੇਪਸ ਬਣਾ ਕੇ ਰੱਖ ਲਓ ਅੱਜ ਮੌਸਮ ਬਹੁਤ ਪਿਆਰਾ ਗਾ ਬਾਰਿਸ਼ ਦਾ ਲੱਗ ਰਿਹਾ ਮੌਸਮ ਹਨੇਰੀ ਚੱਲ ਰਹੀ ਆ ਹੁਣ ਇਹ ਫਟਾਫਟ ਮੈਂ ਦੋ ਵੀਡੀਓ ਰਿਕਾਰਡ ਕਰ ਲਈਆਂ ਨੇਗੀਆਂ ਇਹਨਾਂ ਨੂੰ ਮੈਂ ਆਪਾਂ ਪੋਸਟ ਕਰ ਦੇਵਾਂਗੇ ਤੁਹਾਨੂੰ ਦਿਖਾ ਦੇਵਾਂਗੇ ਨਵੀਆਂ ਵੀਡੀਓ ਅਤੇ ਇਹਦੀਆਂ ਸਾਰੀਆਂ ਦੀਆਂ ਆਪਾਂ ਇੱਦਾਂ ਹੀ ਸ਼ੇਪਸ ਤਿਆਰ ਕਰਕੇ ਰੱਖ ਦਾਂਗੇ ਹੋਪ ਯੂ ਇੰਜੋਏ ਦਾ ਵੀਡੀਓ ਬਾਏ ਬਾਏ